ਆਪਾਂ ਕੁਛ ਕੁ ਇਕਨੋਮੀ ਦੀਆਂ ਗੱਲਾਂ ਬਾਤਾਂ ਕਰੀਏ ਤੇ ਰੈਸੈਸ਼ਨ ਕਹਿੰਦੇ ਭਈ ਆਲਮੋਸਟ ਹੁਣ ਲਾਈਕਲੀ ਆ ਤੇ ਜਿੰਨੀਆਂ ਵੀ ਅਮਰੀਕਾ ਦੀਆਂ ਬਿਗ ਬੈਂਕਸ ਦੀਆਂ ਵੱਡੀਆਂ ਬੈਂਕਾਂ ਦੀਆਂ ਅਰਨਿੰਗਸ ਆਈਆਂ ਆ ਉਹਨਾਂ ਦੇ ਮੁਤਾਬਕ ਇਹ ਦੱਸਿਆ ਗਿਆ ਚੌਥੇ ਕੁਆਟਰਰ ਦੀਆਂ ਜੋ ਅਰਨਿੰਗਸ ਆਈਆਂ ਆ ਅ ਅੱਜ ਇਸ ਵੀਰੇ ਉਹਦੇ ਮੁਤਾਬਕ ਲਗਭਗ ਹਰ ਇੱਕ ਬੈਂਕ ਸੋਚ ਰਹੀ ਆ ਕਿ ਆਪਾਂ ਰੈਸੈਸ਼ਨ ਦੇ ਵਿੱਚ ਜਾ ਰਹੇ ਹੈਗੇ ਆ ਬੈਲਸਫਾਰਗੋ ਬੈਂਕ ਦਾ ਪ੍ਰੋਫਿਟ ਜੋ ਲਾਸਟ ਕੁਆਟਰ ਆ ਉਹਦੇ ਵਿੱਚ 50% ਘਟ ਗਿਆ ਹੈਗਾ 2.9 ਬਿਲੀਅਨ ਡਾਲਰ 2.9 ਬਿਲੀਅਨ ਡਾਲਰ ਚੌਥੇ ਕੁਆਟਰ ਦੇ ਵਿੱਚ ਉਹਨਾਂ ਦੀ ਜਿਹੜੀ ਆ ਅਰਨਿੰਗਸ ਹੋਈ ਆ 50% ਲੈਸ ਹੋਈ ਆ ਜੇਪੀ ਮੋਰਗਨ ਜੋ ਆਪਣੀ ਨੇਸ਼ਨ ਦੀ ਅਮਰੀਕਾ ਦੀ ਸਭ ਤੋਂ ਵੱਡੀ ਬੈਂਕ ਹੈਗੀ ਆ ਉਹਨਾਂ ਨੇ ਥੋੜਾ ਜਿਹਾ ਬੈਟਰ ਦਨ ਐਕਸਪੈਕਟਡ ਰਿਜ਼ਲਟ ਦੱਸਿਆ 2.3 ਬਿਲੀਅਨ ਡਾਲਰ ਦਾ ਪਰ ਹੋਰ ਬੈਂਕਾਂ ਦਾ ਵੀ ਜੇ ਦੇਖਿਆ ਜਾਵੇ ਓਵਰਆਲ ਜਿਹੜਾ ਆ ਬਹੁਤ ਜ਼ਿਆਦਾ ਅਸਰ ਪਿਆ ਆ ਬੈਂਕਾਂ ਨੇ ਵੀ ਕਾਫੀ ਲੇਆਫ ਕੀਤੀ ਆ ਬੈਲਸ ਫਾਰਗੋ ਨੇ ਤਾਂ ਬਹੁਤ ਜ਼ਿਆਦਾ ਕੀਤੀ ਸੀ ਖਾਸ ਕਰਕੇ ਮਾਰਗੇਜ ਇੰਡਸਟਰੀ ਦੇ ਵਿੱਚ ਸੋ ਅਰਨਿੰਗ ਸੀਜ਼ਨ ਹੁਣ ਸਟਾਰਟ ਹੋ ਗਿਆ ਆ ਆਣਾ ਉਹਦੀ ਇਨਫੋਰਮੇਸ਼ਨ ਮੋਰਗਨ ਸਟਨ ਨੇ ਗੋਲਡਮੈਨ ਸੈਕਸ ਜਿਨ੍ਹਾਂ ਨੇ 3000 ਤੋਂ ਵੱਧ ਬੰਦੇ ਲੇਆਫ ਕੀਤੇ ਸੀ ਯੂਨਾਈਟਿਡ 에ਅਰਲਾਈਨ ਇਨ ਸਾਰਿਆਂ ਦੀਆਂ ਜੋ ਅਰਨਿੰਗਸ ਆ ਇਹ ਟਿਊਜ਼ਡੇ ਨੂੰ ਰਿਪੋਰਟ ਹੋਣੀਆਂ ਹੈਗੀਆਂ ਆ netflix american airline ਫਿਰ ਆਪਾਂ ਦੇਖਦੇ ਹਾਂ ਵੀ ਕਿੰਨਾ ਖੁੰਦਾ ਆ ਤੇ ਇਨਫਲੇਸ਼ਨ ਦਸੰਬਰ ਦੇ ਵਿੱਚ 0.1% ਘਟੀ ਹੈਗੀ ਆ ਪ੍ਰਾਈਸ ਸਟਿਲ ਕਹਿੰਦੇ 6.5% ਤੋਂ ਉੱਪਰ ਹੈਗੇ ਆ ਪਿਛਲੇ 1 ਸਾਲ ਨਾਲੋਂ ਪਰੇ ਐਵਰੇਜ ਕਹਿ ਰਹੇ ਆ ਪਰ ਬਹੁਤ ਆਪਾਂ ਜਦੋਂ ਸਮਾਨ ਖਰੀਦਣੇ ਜਾਂਦੇ ਦੇਖਦੇ ਵੀ ਕਈ ਚੀਜ਼ਾਂ ਦੇ ਭਾਅ ਤਾਂ 25 25 30 30% ਇਵਨ 8000 ਰੁਪਏ ਦੇ ਜੋ ਆਪਾਂ ਰੋਜ਼ ਖਾਂਦੇ ਆ ਉਹ ਕਿੰਨਾ ਜ਼ਿਆਦਾ ਉੱਪਰ ਗਿਆ ਹੋਇਆ ਹੈ ਯਾ ਹਰਜੋਤ ਸਿੰਘ ਜੀ ਬਿਲਕੁਲ ਇਹ ਇੱਕ ਵੱਡੀ ਜਿਹੜੀ ਆ ਆ ਚੀਜ਼ਾਂ ਦੇ ਇਕਨੋਮੀ ਨੂੰ ਲੈ ਕੇ ਮਹਿੰਗਾਈ ਨੂੰ ਲੈ ਕੇ ਜਿਹੜੀ ਹੈਗੀ ਆ ਅੱਜੋ ਤਾਂ ਪ੍ਰੈਜ਼ੀਡੈਂਟ ਬਾਈਡਨ ਨੇ ਫੇਰ ਆਪਣੇ ਕਹ ਲੋ ਵੀ ਪਿੱਠ ਥਾਪੜੀ ਵੀ 6 ਮਹੀਨੇ ਹੋ ਗਏ ਲਗਾਤਾਰ 인ਫਲੇਸ਼ਨ ਜਿਹੜੀ ਘਟੀ ਆ ਆਲਦੋ ਪਿਛਲੇ ਮਹੀਨੇ ਨਾਲੋਂ ਸਿਰਫ 0.1% ਆ ਪਰ ਇਨਫ ਸਹੀ ਵੀ ਜਿਹੜੇ ਮਾਰਕੀਟਸ ਆ ਉਸ ਦੇ ਵਿੱਚ ਲੋਕਾਂ ਦਾ ਭਰੋਸਾ ਕਹਿ ਸਕਦੇ ਆ ਵੀ ਉਹ ਵਧਿਆ ਜਿਹੜਾ ਹੋਵੇ ਅੱਜ ਤਕਰੀਬਨ ਤਕਰੀਬਨ ਬਰਾਬਰ ਜੇ ਚੱਲ ਰਿਹਾ ਕੱਲ ਫੇਰ ਜਿਹੜਾ ਉੱਤੇ ਨੂੰ ਗਈ ਸੀਗੀ ਤੇ ਇਸ ਤੋਂ ਪਹਿਲਾਂ ਅਗਲੀਆਂ ਖਬਰਾਂ ਕਰੀਏ ਦੱਸਣੀ ਚਾਹੀਏ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਜਿਹੜੇ ਲਾਈਵ ਪ੍ਰੋਗਰਾਮਸ ਆ ਉਹਨ ਮੋਸਟਲੀ ਪੰਜਾਬੀ ਰੇਡੀਓ ਯੂਐਸਏ ਦੇ YouTube ਚੈਨਲ ਦੇ ਉੱਤੇ ਆਇਆ ਕਰਨਗੇ Facebook ਦੇ ਉੱਤੇ ਬਾਅਦ ਦੇ ਵਿੱਚ ਤੁਹਾਨੂੰ ਦੇ ਜੜੀਆਂ ਆ ਖਬਰਾਂ ਆ ਵਿੱਚੋਂ ਕੱਢ ਕੇ ਜਿਹੜੀਆਂ ਉਹ ਪੇਸ਼ ਹੋਇਆ ਕਰਨਗੀਆਂ ਤਾਂ ਇਹ ਜਿਹੜਾ ਪ੍ਰੋਬਲਮ ਫੇਸਬੁਕ ਦੀ ਟੈਕਨੀਕਲ ਪ੍ਰੋਬਲਮ ਜਿਹੜੀਆਂ ਉਹ ਆ ਰਹੀਆਂ ਆ ਜਿਸ ਕਰਕੇ ਅਸੀਂ ਜਿਹੜੇ ਜਿਹੜੇ ਲਾਈਵ ਬ੍ਰਾਡਕਾਸਟਿੰਗ ਜਿਹੜੀ ਵੀਡੀਓ ਵਾਲੀ ਆ ਉਸ ਨੂੰ ਅਸੀਂ ਹੁਣ ਫੋਕਸ ਮੋਸਟਲੀ ਪੰਜਾਬੀ ਰੇਡੀਓ ਯੂਐਸਏ ਦੇ YouTube ਚੈਨਲ ਦੇ ਉੱਤੇ ਕਰਨ ਜਿਹੜਾ ਉਹ ਜਾ ਰਹੇ ਆ ਜਿਹੜੇ ਜਿਹੜੇ ਇਸ ਟਾਈਮ ਸਾਨੂੰ ਫੇਸਬੁਕ ਦੇ ਉੱਤੇ ਦੇਖ ਰਹੇ ਆ ਲਿੰਕ ਸ਼ੇਅਰ ਕਰ ਦਿੱਤਾ ਗਿਆ ਹੈ ਪੰਜਾਬੀ ਰੇਡੀਓ ਯੂਐਸਏ ਦੇ YouTube ਚੈਨਲ ਦਾ ਉੱਤੇ ਜਾਓ ਤੇ ਉਸ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਜਿਹੜਾ ਹੈ ਉਸ ਨੂੰ ਨਪੋ ਆਲ ਨੋਟੀਫਿਕੇਸ਼ਨ ਨੂੰ ਆਨ ਕਰੋ ਤਾਂ ਜੋ ਜਦੋਂ ਵੀ ਅਸੀਂ ਲਾਈਵ ਹੋਈਏ ਤੁਹਾਨੂੰ YouTube ਦੇ ਉੱਤੇ ਪਤਾ ਜਿਹੜਾ ਉਹ ਲੱਗ ਜਾਵੇ ਤੇ ਤੁਸੀਂ ਉਸ ਦੇ ذریعے ਸਾਡੇ ਨਾਲ ਜੁੜ ਸਕੋ ਸੋ ਮੇਕ ਸ਼ੁਰ ਕਰੋ ਯਾਬਿਲਟੀ ਯੂਐਸਏ ਦਾ YouTube ਚੈਨਲ ਉਸ ਨੂੰ ਤੁਸੀਂ ਜਲਦ ਤੋਂ ਜਲ ਜਾ ਕੇ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਜਿਹੜਾ ਉਹ ਜ਼ਰੂਰ ਜੀ ਅਹ ਇਨ ਦਾ ਮੀਨ ਟਾਈਮ ਜਿਹੜੇ ਸਾਡੇ ਪੰਜਾਬੀ ਜਿਹੜੇ ਯੂ ਐਸ ਏ ਦੇ ਜਿੰਨੇ ਵੀ ਏ ਐਮ ਸਟੇਸ਼ਨਸ ਹੈਗੇ ਆ ਐਫ ਐਮ ਸਟੇਸ਼ਨਸ ਆ ਘਰਾਂ ਦੇ ਵਿੱਚ ਰੇਡੀਓ ਸੈਟਸ ਆ ਜਾਂ ਵੈਬਸਾਈਟ ਉੱਥੇ ਲਗਾਤਾਰ ਉਦੇ ਪ੍ਰੋਗਰਾਮ ਚੱਲਦੇ ਆ ਸੋ ਸੋਸ਼ਲ ਮੀਡੀਆ ਤੇ ਆਪਾਂ ਤਾਂ ਐਡ ਕੀਤਾ ਸੀ ਬਹੁਤ ਵਾਰ ਲੋਕ ਕੋਈ ਟਰੱਕ ਚਲਾਉਂਦਾ ਆ ਕੋਈ ਜੋਬ ਤੇ ਗਿਆ ਆ ਕੋਈ ਦਿਨ ਨੂੰ ਸੁੱਤਾ ਆ ਰਾਤ ਨੂੰ ਕੰਮ ਕਰਦਾ ਲਾਈਵ ਨਹੀਂ ਦੇਖ ਸਕਦੇ ਸੀ ਉਹਨਾਂ ਦੇ ਲਈ ਆਪਾਂ ਸ਼ੁਰੂ ਕੀਤੇ ਸੀ ਪਰ ਫੇਸਬੁਕ ਕੁਝ ਸਮੇਂ ਤੋਂ ਕਾਫੀ ਪ੍ਰੋਬਲਮ ਦੇ ਰਹੀ ਹੈ ਇਸ ਕਰਕੇ YouTube ਦੇ ਉੱਤੇ ਲਾਈਵ ਹੋਇਆ ਕਰੂਗਾ ਤੇ ਬਾਅਦ ਦੇ ਵਿੱਚ ਈਵਨ ਦੋ ਆਪਾਂ ਫੇਸਬੁਕ ਦੇ ਉੱਤੇ ਆਪਣੇ ਪ੍ਰੋਗਰਾਮ ਚਾੜ ਦਿਆ ਕਰਾਂਗੇ ਯਾ ਸੋ ਫੇਸਬੁਕ ਸ਼ੈਡੋ ਬੈਨਿੰਗ ਬਹੁਤ ਕਰਦੀ ਹੈ ਆਪਾਂ ਨੂੰ ਪਤਾ ਹੈ ਵੀ ਜਿਹੜੇ ਵੀ ਕੋਈ ਸਰਕਾਰਾਂ ਦੇ ਖਿਲਾਫ ਬੋਲਦੇ ਆ ਇਹ ਇਸ ਦਾ ਵੀ ਖਾਮਿਆਜ਼ਾ ਸਾਨੂੰ ਵੀ ਜਿਹੜਾ ਉਹ ਭੁਗਤਣਾ ਬਾਰ-ਬਾਰ ਜਿਹੜਾ ਉਹ ਪੈਂਦਾ ਆ ਤੇ ਅਕਾਊਂਟਸ ਜਿਹੜੇ ਉਹ ਰਿਸਟ੍ਰिक्ट ਜਿਹੜੀਆਂ ਉਹ ਜਾਣਬੁੱਝ ਕੇ ਕਰ ਦਿੰਦੀਆਂ ਆ ਆਪਾਂ ਨੂੰ ਪਤਾ ਹੀ ਆ ਵੀ ਕਿੱਦਾਂ ਫੇਸਬੁਕ ਦੇ ਉੱਤੇ ਜਿਹੜੀ ਰਾਈਟ ਵਿੰਗ ਹਿੰਦੂਤਵੀ ਸੋਚ ਵਾਲੇ ਲੋਕ ਉੱਥੇ ਬਹੁਤ ਜ਼ਿਆਦਾ ਬੈਠੇ ਨੇ ਤੇ ਉਹ ਇਦਾਂ ਕਰਦੇ ਜਿਹੜੇ ਉਹ ਰਹਿੰਦੇ ਨੇ ਲੋਕਾਂ ਦੇ ਅਕਾਊਂਟ ਬੰਦ ਕਰਵਾਉਣੇ ਜਾਂ ਪੇजेस ਦੇ ਉੱਤੇ ਜਿਹੜਾ ਇਦਾਂ ਦੇ ਬੈਨ ਲਗਵਾਉਣੇ ਉਹਦੇ ਵਿੱਚ ਜਿਹੜੇ ਉਹ ਲੱਗੇ ਰਹਿੰਦੇ ਆ ਸੋ ਅਸੀਂ ਇਸੇ ਲਈ ਹੁਣ ਮੋਸਟਲੀ ਫੋਕਸ ਜਿਹੜਾ ਆ ਸਾਡਾ YouTube ਦੇ ਉੱਤੇ ਸੋ ਬਹੁਤ ਵਾਰ Facebook ਸਾਡਾ ਪੰਜਾਬੀ ਰੇਡੀਓ US A ਦਾ ਇੰਡੀਆ ਦੇ ਵਿੱਚ ਵੀ ਰੈਡ ਕੀਤਾ ਗਿਆ ਬੈਨ ਕੀਤਾ ਗਿਆ ਜਿੱਲੀ ਖਬਰ ਹੁੰਦੀ ਆ ਉੱਥੇ ਦੀ ਸਰਕਾਰ ਨੂੰ ਐਕਸਪੋਜ਼ ਕਰਨ ਦੀ ਉਹ ਨੂੰ ਜਿਹੜੀ ਸੱਚ ਹੁੰਦੀ ਆ ਆਪਾਂ ਤੁਸੀਂ ਸੁਣਦੇ ਆ ਪ੍ਰਵੀਨ ਸ਼ਰਮਾ ਉਹਨਾਂ ਦੀਆ ਦੀਪਕ ਸ਼ਰਮਾ ਉਹਨਾਂ ਦੀਆ ਮਿੰਟੂ ਉਹਨਾਂ ਦੀ ਉਹ ਉੱਥੇ ਬਲੌਕ ਕਰ ਦਿੱਤੀਆਂ ਜਾਂਦੀਆਂ ਆ ਸੋ ਪੇਜ ਨੂੰ ਇਸ ਹਿਸਾਬ ਨਾਲ ਸੈੱਟ ਕੀਤਾ ਜਾਂਦਾ ਵੀ ਪੇਜ ਲੋਕ ਦੇਖ ਨਾ ਸਕਣ ਸੋ ਇਸ ਕਰਕੇ ਪਹੁੰਚ ਘਟਾ ਦਿੱਤੀ ਜਾਂਦੀ ਆ ਉਹਦੀਆਂ